ਵਾਲੇ ਮੈਂ ਟਰੱਕ ਚਲਾਉਣਾ ਜਿੱਥੇ ਖੜ੍ਹੇ ਹੋਣਾ ਉੱਥੇ ਖੜ ਖੜ ਕੇ ਲੋਡ ਲੱਭਣੇ ਅਸੀਂ ਉੱਥੋਂ ਖੜ੍ਹੇ ਹੋਏ ਹਾਂ। ਨਾ ਗੱਡੀ ਵਾਲੇ ਨੂੰ ਟਿਕਟ ਮਿਲੀ, ਨਾ ਆਪਣੇ ਡਰਾਈਵਰ ਨੂੰ ਟਿਕਟ ਮਿਲੀ ਜਾਂ ਓਨਰ ਪੀਟਰ ਨੂੰ ਟਿਕਟ ਮਿਲੀ। ਕੰਪਨੀ ਦੇ ਰੈਕਰਡ 'ਤੇ ਐਕਸੀਡੈਂਟ ਚਾੜਤਾ, 4.5 ਸੀਵੀਅਰ ਪੁਆਇੰਟ ਚਾੜਤੇ। ਇੱਕ ਵੀ ਬੰਦਾ ਮੈਨੂੰ ਆ ਕੇ ਕਹਿ ਦੇਵੇ ਨਾ ਵੀ ਇਹਨੇ ਕੰਟਰੈਕਟ ਤੋਂ ਬਾਹਰ ਸਾਡੀ ਆਹ ਪੈਨੀ ਦੇਣੀ ਆ, ਮੈਂ ਦੇਣਦਾਰ ਕੰਪਨੀ 'ਚ ਸਾਡੀਆਂ ਅਥਾਰਟੀਜ਼ 'ਤੇ ਕੰਮ ਕਰਦੇ ਹੋ, ਸਾਡਾ ਰਾਈਟ ਆ, ਉਹ ਟਿਕਟ ਸਾਡੀ ਆ, ਅਸੀਂ ਫਾਈਟ ਕਰਨੀ ਆ। ਉਹਦਾ $1,000 ਪੈਸੇ ਤੇਰੀ ਗਲਤੀ ਨਾਲ ਮਿਲਿਆ ਤਾਂ ਤੂੰ ਪੇ ਕਰਨੇ ਆ। ਪਹਿਲਾਂ ਦੱਸਿਆ ਜਾਂਦਾ ਇਹ ਕੰਟਰੈਕਟ ਲਿਖਿਆ ਜਾਂਦਾ ਸਰ, ਕੰਟਰੈਕਟ ਉੱਤੇ ਸਾਈਨ ਹੁੰਦੇ ਨੇ, ਪਹਿਲੇ ਇੰਟਰਵਿਊ ਦੇ ਵਿੱਚ ਸਾਰਾ ਕੁਝ ਦੱਸਿਆ ਜਾਂਦਾ ਵੀ ਅਸੀਂ ਸਾਡੀਆਂ ਆਹ ਟਰਮ ਕੰਡੀਸ਼ਨਾਂ ਨੇ, ਜੇ ਤੈਨੂੰ ਲੱਗਦਾ ਨਾ ਵੀ ਯੂ ਆਰ ਏ ਸੇਫ ਡਰਾਈਵਰ ਦੈਨ ਜੁਆਇਨ ਅਸ। ਤੂੰ ਲੇਬਰ ਕੋਰਟ 'ਚ ਜਾ ਹੀ ਨਹੀਂ ਸਕਦਾ, ਤੂੰ ਤਾਂ ਓਨਰ ਆਪਰੇਟਰ ਆ, ਤੂੰ ਸਿਵਲ ਕੋਰਟ 'ਚ ਜਾ ਸਕਦਾ। ਸਿਵਲ ਕੋਰਟ 'ਚ ਤੂੰ ਗਿਆ, ਤੂੰ ਨੁਕਸਾਨ ਕਰਕੇ ਗਿਆ, ਟਿਕਟ ਲੈ ਕੇ ਗਿਆ, ਰੀਫਰ ਕਲੇਮ ਆ, ਫਿਰ ਕੋਰਟ ਤੋਂ ਉੱਪਰ ਹੋ ਗਿਆ ਤੂੰ, ਕੋਰਟ ਦੇ ਡਿਸੀਜ਼ਨ ਦੀ ਤਾਂ ਵੇਟ ਕਰ। ਹਰਨੀਤ ਮਾਂਗਟ ਨੇ ਸਾਡੇ ਨਾਲ ਕੰਮ ਕੀਤਾ 10 ਵੀਕ ਉਹ ਓਨਰ ਆਪਰੇਟਰ ਸੀ। 10 ਵੀਕਾਂ ਦੇ ਵਿੱਚ ਮੈਂ ਉਹਨੂੰ $33,133 ਦੇ ਪੇ ਚੈੱਕ ਦਿੱਤੇ। ਉਸ ਬੰਦੇ ਨੂੰ ਮੈਂ ਫਾਇਰ ਕੀਤਾ, ਕਿਉਂ? ਕਿਉਂਕਿ ਉਹ ਅਗਰੈਸਿਵ ਸੀ। ਤੁਹਾਡੀ ਪੋਲਿਸੀ ਦੇ ਸਾਈਨ ਕਰਵਾਏ ਹੋਏ ਨੇ ਉਹ ਤੋਂ ਵੀ ਜੇ ਤੂੰ ਕਿਸੇ ਨਾਲ ਬੈਡ ਬਿਹੇਵ ਕਰੇਗਾ ਤੈਨੂੰ ਫਾਇਰ ਕਰਾਂਗੇ। ਭਾਈ ਦਲੇਰ ਕਿਉਂ ਨਹੀਂ ਹਟਿਆ ਜਦੋਂ ਤੈਨੂੰ ਫਾਇਰ ਕੀਤਾ? ਉਹ ਸਾਡੇ ਨਾਲ ਕੰਟੀ ਰਿਹਾ, ਉਹਦੇ ਪੂਰੇ ਪੈਸੇ ਦਿੱਤੇ ਗਏ। ਉਹਨੇ ਸਾਡਾ ਸਿਰਫ ਇੱਕ ਬੈਡ ਇੰਸਪੈਕਸ਼ਨ ਲਿਆਈ ਸੀ, ਅਸੀਂ ਉਹਦਾ $100 ਕੱਟਿਆ ਸੀ। ਉਹਦੇ ਰਿਵਿਊ ਦੇ ਥੱਲੇ ਮੇਰਾ ਲਿਖਿਆ ਹੋਇਆ ਡੈਮੇਜ ਟ੍ਰੇਲਰ ਡਰੋਪ ਕਰਿਆ ਹੈ। ਮੈਂ ਇਹਨੂੰ ਫੋਨ ਕੀਤਾ, ਭਾਅ ਜੀ ਡੈਮੇਜ ਟ੍ਰੇਲਰ ਆ? ਕਹਿੰਦਾ ਨਾ ਨਾ, ਮੇਰੇ ਤੋਂ ਤਾਂ ਡੈਮੇਜ ਨਹੀਂ ਹੋਇਆ, ਮੈਂ ਬਾਈਜ਼ਨ ਨਾਲ ਲੜਦਾ। ਮੈਂ ਕਿਹਾ ਜੇ ਤੁਸੀਂ ਕਹਿੰਦੇ ਸਾਡੇ ਡਰਾਈਵਰ ਨੇ ਭੰਨਿਆ, ਪਰੂਫ ਭੇਜੋ। ਉਹ ਐਡੀ ਵੱਡੀ ਕੰਪਨੀ ਸੀ, ਉਹਨਾਂ ਨੇ ਰਾਈਟ ਵੇ ਪਰੂਫ ਭੇਜਤੇ ਜੀ। ਆਹ ਤੁਹਾਡਾ ਬੰਦਾ ਸਿਕਿਉਰਟੀ ਤੋਂ ਐਂਟਰ ਕਰ ਰਿਹਾ, ਆਹ ਐਡਾ ਵੱਡਾ ਹੋਲ ਆ ਟ੍ਰੇਲਰ ਦੇ ਵਿੱਚ, ਆਹ ਬੰਦਾ ਤੁਹਾਡਾ ਪਾਰਕਿੰਗ ਚਲਾ ਰਿਹਾ, ਆਹ ਡਰੋਪ ਕਰਕੇ ਜਾ ਰਿਹਾ। ਹੁਣ ਉੱਥੇ ਫਿਰ ਅਸੀਂ ਝੂਠੇ ਪਏ ਨਾ ਆਪਦੇ ਕਸਟਮਰ ਮੂਹਰੇ? ਉਹਨਾਂ ਨੇ ਟ੍ਰੇਲਰ ਚੱਕਿਆ, ਰਿਪੇਅਰ ਕਰਾਇਆ, $3,997 US ਦਾ ਬਿੱਲ ਭੇਜਿਆ ਸਾਨੂੰ, ਕੈਨੇਡੀਅਨ ਕੱਟ ਕੇ $5,000 ਸਾਡੀ ਹਰੇਕ ਵੀਕ ਬਾਈਜ਼ਨ ਤੋਂ ਪੇ ਆਉਂਦੀ, ਉਹਦੇ 'ਚ $5,000 ਰਾਈਟ ਵੇ ਕੱਟ ਲਿਆ। ਮੈਂ ਕਿਹਾ ਯਾਰ ਤੂੰ ਧਿਆਨ ਨਾਲ ਚਲਾ, ਵੀ ਉਹ ਇਹਨਾਂ ਨੇ ਕਲੇਮ ਪਾ ਦੇਣਾ, ਵੀ ਤੈਨੂੰ ਪਤਾ ਹੀ ਯੂ ਐਸ ਵਾਲਿਆਂ ਦਾ ਮਾੜਾ ਜਿਹਾ ਵੀ ਲੱਗ ਜਾਵੇ ਕਲੇਮ ਪੈ ਜਾਂਦਾ, ਲੱਖਾਂ ਡਾਲਰਾਂ ਦੇ ਕਲੇਮ ਹੋ ਜਾਂਦੇ ਨੇ, ਮਾੜੀ ਝਰੀਟ ਦੇ। ਅਸੀਂ ਉਹ ਮੈਨੇਜਰ ਨੇ ਮੈਨੂੰ ਬੁਲਾਇਆ ਸਪੈਸ਼ਲ, ਕਹਿੰਦੇ ਵਟ ਐਕਸ਼ਨ ਡਿਡ ਯੂ ਟੇਕ ਔਨ ਹਿਮ? ਇਹ ਕੰਟਰੈਕਟ ਦੇ ਉੱਤੇ ਸਾਈਨ ਹੋਏ ਨੇ। ਮੈਨੂੰ ਕਹਿੰਦਾ ਮੇਰੇ ਪੈਸੇ ਦੇ ਦਿਓ। ਮੈਂ ਕਿਹਾ ਸਰ ਵੀ ਆਰ ਵੇਟਿੰਗ ਫੋਰ ਦਾ ਪਰੂਫ ਫਰੋਮ ਦਾ ਬਾਈਜ਼ਨ, ਬਸ ਸਾਰਾ ਕੁਝ ਲਿਖਿਆ ਹੋਇਆ। ਕਹਿੰਦਾ ਆਈ ਡਿਡਨਟ ਡੂ ਇਟ। ਮੈਂ ਕਿਹਾ ਮੈਂ ਤਾਂ ਕਹੀ ਨਹੀਂ ਰਿਹਾ ਵੀ ਤੂੰ ਕੀਤਾ, ਮੈਨੂੰ ਪਰੂਫ ਮਿਲ ਜਾਵੇ, ਉਹ ਆਪਦੀ ਜ਼ਿੰਮੇਵਾਰੀ ਲੈ ਲੈਣ, ਤੇਰਾ ਕਲੀਅਰ ਉਦੋਂ ਹੀ ਮੇਰੇ ਤੋਂ ਚੈੱਕ ਲੈ ਜੀ, ਗੱਲ ਖਤਮ। ਤੇਰੇ ਕੰਟਰੈਕਟ 'ਤੇ ਸਾਈਨ ਕੀਤੇ ਹੋਏ ਨੇ, ਸਭ ਕੁਝ ਹੈਗਾ, ਇਨੀਸ਼ੀਅਲ ਹਰੇਕ ਭੇਜਤੇ ਆ ਵੀ ਤੇਰੇ ਇੰਨੇ ਪੈਸੇ ਕੱਟਣੇ ਨੇ, ਫਿਰ ਤੂੰ ਝੂਠ ਬੋਲ ਰਿਹਾ, ਤੂੰ ਕੰਪਨੀ ਨੂੰ ਰਿਪੋਰਟ ਨਹੀਂ ਕਰ ਰਿਹਾ, ਵਾਇਲੇਟ ਕਰ ਰਿਹਾ ਕੰਪਨੀ ਦੀ ਪੋਲਿਸੀ, ਤੂੰ ਡੈਮੇਜ ਕਰਕੇ, ਡੈਮੇਜ ਟ੍ਰੇਲਰ ਉੱਥੇ, ਕਸਟਮਰ ਖਰਾਬ ਹੋਇਆ, ਅਸੀਂ ਖਰਾਬ ਹੋਏ। ਵਕੀਲ ਨੇ ਸਾਨੂੰ ਭੇਜਤਾ ਵੀ ਤੁਸੀਂ ਇਹਦਾ $4,000 ਜਾਂ $3,500 ਜੋ ਵੀ ਸੀਗਾ ਕੱਟਿਆ ਰੱਖਿਆ ਇਹਦਾ, ਅਤੇ ਅਸੀਂ ਉਹਨੂੰ ਸਾਰੇ ਪਰੂਫ ਭੇਜਤੇ। ਵਕੀਲ ਨੂੰ ਮੁੜ ਕੇ ਫੋਲੋਅਪ ਕੀਤਾ, ਵਕੀਲ ਕਹਿੰਦਾ ਮੇਰੇ ਕੋਲ ਆਇਆ ਸੀ, ਮੈਂ ਉਹਨੂੰ ਪਰੂਫ ਦਿਖਾ ਦੇ, ਮੇਰੇ ਕੋਲ ਇਕੱਲਾ ਪਰੂਫ ਪਿਆ, ਆ ਕੇ ਮੇਰੇ ਕੋਈ ਵੀ ਬੰਦਾ ਦੇਖ ਸਕਦਾ। ਜੇ ਕੋਈ ਕੰਪਨੀ ਜੈਨੂਨਲੀ ਕੰਮ ਕਰਾ ਕੇ ਡਰਾਈਵਰ ਦਾ ਪੈਸਾ ਨਹੀਂ ਦਿੰਦੀ, ਬਸ਼ਰਤੇ ਉਹ ਡਰਾਈਵਰ ਨੇ ਉਹਦਾ ਨੁਕਸਾਨ ਨਾ ਕੀਤਾ ਹੋਵੇ, ਮੈਂ ਖੁਦ ਨਾਲ ਚੱਲੂੰਗਾ ਪੈਸੇ ਲੈਣ, ਮੈਂ ਖੁਦ ਧਰਨਾ ਲਾਊਂਗਾ ਇਹਨਾਂ ਦੇ ਨਾਲ ਪੈਸੇ ਦੋ। ਐਡ ਡਰਾਈਵਰ ਨੇ ਜਿਨ੍ਹਾਂ ਨੇ ਨੁਕਸਾਨ ਕੀਤਾ ਹੋਇਆ ਕੰਪਨੀ ਦਾ, ਕੰਪਨੀ ਨੂੰ ਜੇਬੋਂ ਭਰਨਾ ਪੈ ਰਿਹਾ, ਫਿਰ ਉੱਥੇ ਵੀ ਨਾ ਉਹਨਾਂ ਡਰਾਈਵਰਾਂ ਤੋਂ ਪੈਸੇ ਦਵਾਓ ਨਾ। ਜਿਹੜੇ ਬੰਦੇ ਦੀ ਫਿਤਰਤ ਹੀ ਇਹ ਹੋ ਗਈ ਵੀ ਕੋਈ ਨਹੀਂ ਨੁਕਸਾਨ ਹੋ ਗਿਆ, ਲੇਬਰ ਕੋਰਟ ਹੈਗੀ ਉਹ ਤੋਂ ਜਾ ਕੇ ਪੈਸੇ ਲੈ ਆਵਾਂਗੇ, ਆਪਦਾ ਵੀ ਦੱਸੋ ਨਾ ਵੀ ਕੀ ਕਰਕੇ ਆਏ ਹੋ।